ਸਿਆਸੀ ਇਲਜ਼ਾਮਬਾਜ਼ੀਆਂ ਪੂਰੀ ਤਰ੍ਹਾਂ ਤੇਜ਼ ਨੇ। ਉੱਧਰ DSGMC ਦੇ ਚੋਣਾਂ ਦੇ ਲਈ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਜਾਲੀ ਵੋਟਾਂ ਰੋਕਣ ਲਈ ਪਹਿਲੀ ਵਾਰ 70% ਇਲੈਕਟ੍ਰੋਨਿਕ ਫੋਟੋ ਲਿਸਟ ਤਿਆਰ ਕੀਤੀ ਗਈ ਹੈ। DSGMC ਦੀਆਂ ਚੋਣਾਂ 26 ਫਰਵਰੀ ਨੂੰ ਹੋਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ DSGMC ਇਲੈਕਸ਼ਨ ਡਾਇਰੈਕਟਰ ਨੇ ਕਮਰ ਕੱਸ ਲਈ ਹੈ। DSGMC ਚੋਣ ਨਿਦੇਸ਼ਕ ਸ਼ੂਰਵੀਰ ਸਿੰਘ ਨੇ ਦੱਸਿਆ ਕਿ 516 ਪੋਲਿੰਗ ਬੂਥ ਬਣਾਏ ਗਏ ਨੇ, ਜਿਸ ਦੇ ਲਈ ਦਿੱਲੀ ਪੁਲਿਸ ਦੇ ਨਾਲ ਮਿਲ ਕੇ ਸਿਕਿਉਰਿਟੀ ਪਲਾਨ ਤਿਆਰ ਹੋ ਰਿਹਾ ਹੈ। ਮਾਡਲ ਕੋਡ ਆਫ ਕੰਡਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਇਨਫੋਰਸਮੈਂਟ ਟੀਮਾਂ ਬਣਾਈਆਂ ਗਈਆਂ ਨੇ। ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਬੈਠਕ ਕਰਕੇ ਜ਼ਰੂਰੀ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ। 1 ਮਾਰਚ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਦੇ ਲਈ 5 ਕਾਊਂਟਿੰਗ ਸੈਂਟਰਸ ਬਣਾਏ ਗਏ ਨੇ। ਸਾਡੇ ਪੋਲਿੰਗ ਸਟੇਸ਼ਨਸ 516 ਨੰਬਰ ਉਹ ਅਸੀਂ ਤਿਆਰ ਕਰ ਲਏ ਨੇ। ਜਿਹੜਾ ਸੁਰੱਖਿਆ ਦੇ ਪੱਖੋਂ ਸਾਡੀ ਪੂਰੀ ਤਿਆਰੀ ਹੈ, ਦਿੱਲੀ ਪੁਲਿਸ ਨਾਲ ਸਾਡੀ ਰੋਜ਼ ਗੱਲਬਾਤ ਚੱਲਦੀ ਹੈ ਐਂਡ ਡਿਪਲੋਇਮੈਂਟ ਪਲਾਨ ਸਾਡਾ 1-2 ਦਿਨ 'ਚ ਤਿਆਰ ਹੋ ਜਾਏਗਾ। 26 ਨੂੰ ਸਾਡੀਆਂ ਇਲੈਕਸ਼ਨਾਂ ਨੇ ਅਤੇ 1 ਤਰੀਕ ਨੂੰ ਸਾਡੀ ਕਾਊਂਟਿੰਗ ਹੈ ਅਤੇ ਕਾਊਂਟਿੰਗ ਸੈਂਟਰਸ ਵੀ ਸਾਡੇ 5 ਹੋਣਗੇ ਐਂਡ ਅਕਰੋਸ ਦ ਸਿਟੀ, ਅਤੇ ਉਹਦੇ ਵਿੱਚ ਵੀ ਸਾਡੀਆਂ ਤਿਆਰੀਆਂ ਚੱਲ ਰਹੀਆਂ ਨੇ ਐਂਡ ਵੀ ਆਨ ਦ ਜੋਬ। ਹਮ ਬੈਲਟ ਪੇਪਰ ਕੇ ਥਰੂ ਹੀ ਵੋਟਿੰਗ ਕਰਵਾ ਰਹੇ ਹੈ। ਹਾਂ, EVM ਇਜ਼ ਡੈਫੀਨੇਟਲੀ ਵੈਲਕਮ, ਬਟ ਇਸ ਬਾਰ ਹਮ ਬਾਕੀ ਇਲੈਕਸ਼ਨੋਂ ਕੀ ਤਰ੍ਹਾਂ ਜੈਸੇ ਪਹਿਲੇ ਹੋਏ ਥੇ ਬੈਲਟ ਪੇਪਰ ਕੇ ਥਰੂ ਹੀ ਕਰਵਾ ਰਹੇ ਹੈ। ਨੈਕਸਟ ਟਾਈਮ ਮੇ ਬੀ ਵੀ ਵਿਲ ਕੰਸੀਡਰ ਦ EVM ਮੋਡ। 380,000 ਦੇ ਨੇੜੇ ਸਿੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸ ਦੇ ਲਈ 70% ਫੋਟੋ ਵੋਟਰ ਕਾਰਡ ਬਣਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਸਾਰੇ ਵਾਰਡਸ ਦੇ ਵਿੱਚ ਡੀਲਿਮਿਟੇਸ਼ਨ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਵਾਰ ਵੋਟਿੰਗ ਬੈਲਟ ਪੇਪਰ ਦੇ ਜ਼ਰੀਏ ਹੀ ਹੋਵੇਗੀ, ਅਗਲੀ ਵਾਰ EVM ਨੂੰ ਇਸਤੇਮਾਲ ਵਿੱਚ ਲਿਆਂਦਾ ਜਾਵੇਗਾ। ਅਤੇ ਇਸ ਵਾਰੀ ਅਸੀਂ ਐਫਰਟ ਪਾ ਕੇ ਐਟਲੀਸਟ ਮੋਰ ਦੈਨ 60% ਫੋਟੋਜ਼ ਅਪਡੇਟ ਕਰਤੀਆਂ ਨੇ। ਜਿਹੜੇ ਬਾਕੀ ਰਹਿ ਗਈਆਂ ਜਿਹਨਾਂ 'ਚ ਫੋਟੋਆਂ ਨਹੀਂ ਲੱਗੀਆਂ, ਉਹਦੇ ਵਿੱਚ ਅਸੀਂ ਗਾਈਡਲਾਈਨਸ ਇਸ਼ੂ ਕਰਤੀਆਂ ਨੇ ਸਾਰਿਆਂ ਵਾਸਤੇ। ਕੋਈ 15 ਡਾਕੂਮੈਂਟ ਅਸੀਂ ਨੋਟੀਫਾਈ ਕੀਤੇ ਨੇ, ਜਿਹਨਾਂ ਨੂੰ ਲਿਜਾ ਕੇ ਲੋਕ ਆਪਣੀ ਆਈਡੈਂਟੀ ਸਟੈਬਲਿਸ਼ ਕਰ ਸਕਦੇ ਨੇ ਅਤੇ ਆਪਣੇ ਆਪ ਉੱਥੇ ਵੋਟ ਪਾ ਸਕਦੇ। ਇਹ ਜਿਹੜੀ ਡੀਲਿਮਿਟੇਸ਼ਨ ਆਫ ਵਾਰਡਸ ਹੋਈ ਹੈ, ਕਾਫੀ ਸਾਲਾਂ ਬਾਅਦ ਹੋਈ ਹੈ ਅਤੇ ਪਿਛਲੇ ਸਾਲ ਅਸੀਂ ਇਹਨੂੰ ਮੁਕੰਮਲ ਕੀਤੀ। ਇਹਦੇ ਵਿੱਚ ਸਾਡਾ ਸਭ ਤੋਂ ਵੱਡਾ ਫੋਕਸ ਇਹੀ ਸੀ ਕਿ ਜਿਹੜੀ ਕਿ ਅਨਈਵਨ ਡਿਸਟ੍ਰੀਬਿਊਸ਼ਨ ਆਫ ਵੋਟ ਹੈ ਉਹਨੂੰ ਅਸੀਂ ਥੋੜਾ ਯੂਨੀਫਾਰਮ ਕਰ ਦਈਏ ਐਂਡ ਮੋਰ ਔਰ ਲੈਸ ਅਸੀਂ ਕਾਫੀ ਸਕਸੈਸਫੁਲ ਰਹੇ ਹਾਂ ਇਸ ਵਾਰੀ, ਜਿਹਦੇ ਵਿੱਚ ਜੇ ਤੁਸੀਂ ਦੇਖੋ ਤੇ ਹਰ ਵਾਰਡ ਵਿੱਚ ਤਕਰੀਬਨ ਮੋਰ ਔਰ ਲੈਸ ਬਰਾਬਰ ਤੁਹਾਨੂੰ ਵੋਟਰ ਮਿਲਣਗੇ। ਸਿਆਸੀ ਪਾਰਟੀਆਂ ਦੀ ਸਰਗਰਮੀਆਂ ਤੇ ਚੋਣ ਨਿਦੇਸ਼ਾਲੇ ਦੀ ਪੂਰੀ ਨਜ਼ਰ ਹੈ। ਫਿਲਹਾਲ ਕੁਝ ਥਾਵਾਂ ਉੱਤੇ ਪੋਸਟਰ ਲਗਾਉਣ ਦੇ ਮਾਮਲੇ 'ਚ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਗਈ ਹੈ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ।